ਤੁਸੀਂ ਦੇਖ ਰਹੇ ਹੋ ਸਾੰਝੀ ਟੀਵੀ ਨਿਊਜ਼ ਪੋਰਟਲ ਸਾੰਝੀ ਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਰਵੀ ਗਿਲ ਜਿਵੇਂ ਕਿ ਕਰੋਨਾ ਵਾਇਰਸ ਦਾ ਕੈਰ ਜਲੰਧਰ ਦੇ ਵਿੱਚ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਤੇ ਅੱਜ ਜਲੰਧਰ ਦੇ ਵਿੱਚ 8 ਮਾਮਲੇ ਸਾਹਮਣੇ ਆਏ ਨੇ ਹੱਲੇ ਤੱਕ ਉਹਨਾਂ ਦੇ ਨਾਮ ਕੋਈ ਪੁਸ਼ਟੀ ਨਹੀਂ ਕੀਤੀ ਗਈ ਕਿਉਂਕਿ ਇਹ ਜੋ ਪੋਜ਼ਿਟਿਵ ਕੇਸ ਨਿਕਲ ਰਹੇ ਨੇ ਇਹ ਜਿਹੜੇ ਆਪਸ ਦੇ ਵਿੱਚ ਆਪਾਂ ਇੱਕ ਦੂਸਰੇ ਨੂੰ ਮਿਲਦੇ ਨੇ ਉਹਨਾਂ ਤੋਂ ਹੀ ਕੰਟੈਕਟ ਤੋਂ ਆਪਸ ਦੇ ਵਿੱਚ ਨਿਕਲ ਰਹੇ ਨੇ ਸੋ ਪੁਲਿਸ ਵੱਲੋਂ ਵੀ ਕਾਫੀ ਜ਼ੋਰ ਹੈ ਕਿ ਲੋਕਾਂ ਨੂੰ ਅੰਦਰ ਰੱਖਿਆ ਜਾ ਰਿਹਾ ਪਰ ਲੋਕ ਇਸ ਕੋਰੋਨਾ ਵਾਇਰਸ ਨੂੰ ਇੱਕ ਮਜ਼ਾਕ ਸਮਝ ਰਹੇ ਨੇ ਜਲੰਧਰ ਵਾਸੀ ਕਿ ਕਿਉਂਕਿ ਉਹ ਘਰਾਂ ਦੇ ਵਿੱਚੋਂ ਬਾਹਰ ਨਿਕਲ ਰਹੇ ਨੇ ਆਪਸ ਦੇ ਵਿੱਚ ਇੱਕ ਦੂਸਰਿਆਂ ਨੂੰ ਮਿਲਦੇ ਨੇ ਹੱਥ ਮਿਲਾਉਂਦੇ ਨੇ ਜਿਨ੍ਹਾਂ ਦਾ ਕਰਕੇ ਕੇਸ ਨਵੇਂ ਤੋਂ ਨਵੇਂ ਅੱਗੇ ਪੋਜ਼ਿਟਿਵ ਤੇ ਪੋਜ਼ਿਟਿਵ ਆ ਰਿਹਾ ਜਦ ਤਈ ਆਪਾਂ ਜਲੰਧਰ ਵਾਸੀ ਆਪਸ ਦੇ ਵਿੱਚ ਪ੍ਰਸ਼ਾਸਨ ਦਾ ਜਾਂ ਇੱਕ ਦੂਸਰੇ ਨੂੰ ਨਹੀਂ ਸਮਝਾਵਾਂਗੇ ਆਪਣੇ ਆਪਣੇ ਘਰਾਂ ਦੇ ਵਿੱਚ ਨਹੀਂ ਰਵਾਂਗੇ ਇਹ ਵਾਇਰਸ ਜਲੰਧਰ ਦੇ ਵਿੱਚ ਵੱਧਦਾ ਹੀ ਜਾਵੇਗਾ ਕਿਉਂਕਿ ਪੁਲਿਸ ਵੀ ਕਾਫੀ ਰੋਡਾਂ ਦੇ ਉੱਤੇ ਖੜੀ ਹੋਈ ਹੈ ਤੇ ਡੀਸੀ ਸਾਹਿਬ ਵੱਲੋਂ ਵੀ ਕਾਫੀ ਹਿਦਾਇਤਾਂ ਤਾ ਦਿੱਤੀਆਂ ਜਾ ਰਹੀਆਂ ਨੇ ਤੇ ਲੋਕੀ ਪੁਲਿਸ ਨੂੰ ਮਜ਼ਾਕ ਦੇ ਵਿੱਚ ਲੈਂਦੇ ਹੋਏ ਉਹਨਾਂ ਨੂੰ ਬਹਾਨੇ ਲਾ ਲਾ ਕੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਰਹੇ ਨੇ ਪਰ ਕਰੋਨਾ ਨੂੰ ਕੀ ਬਹਾਨਾ ਲਾਣ ਕਿ ਉਹਨਾਂ ਨੂੰ ਨਾ ਹੋਵੇ ਪਰ ਕਰੋਨਾ ਇੱਕ ਅਜੀਹੀ ਬਿਮਾਰੀ ਹੈ ਜਿਸ ਦਾ ਹੱਲੇ ਤੱਕ ਕੋਈ ਇਲਾਜ ਨਹੀਂ ਨਿਕਲਿਆ ਪਰ ਲੋਕਾਂ ਨੂੰ ਕੌਣ ਕਿਸ ਹਿਸਾਬ ਦੇ ਨਾਲ ਸਮਝਾਵੇ ਕਿਉਂਕਿ ਲੋਕ ਬਾਹਰ ਨਿਕਲਣ ਤੋਂ ਨਹੀਂ ਹਟ ਰਹੇ ਨੇ ਕੋਈ ਨਵੇਂ ਤੋਂ ਨਵੇਂ ਬਹਾਨਾ ਲਾ ਕੇ ਬਾਹਰ ਆ ਰਹੇ ਨੇ ਅੱਜ 8 ਮਾਮਲੇ ਸਾਹਮਣੇ ਆਏ ਆ ਜਿਹਦਾ ਕਰਕੇ ਜਲੰਧਰ ਦਾ ਜੋ ਆਂਕੜਾ ਹੈ ਟੋਟਲ 62 ਮਰੀਜ਼ ਪੋਜ਼ਿਟਿਵ ਹੋ ਚੁੱਕੇ ਨੇ ਹੁਣ ਡਾਕਟਰਾਂ ਲਈ ਵੀ ਇਹ ਵੱਡੀ ਮੁਸੀਬਤ ਬਣ ਰਹੀ ਹੈ ਕਿ ਉਹਨਾਂ ਦੇ ਟੱਚ ਦੇ ਵਿੱਚ ਜੋ ਲੋਕ ਸੀਗੇ ਜਿਵੇਂ ਕੋਈ ਆਪਣੇ ਦੋਸਤ ਨੂੰ ਜਾ ਕੇ ਮਿਲਦਾ ਆ ਉਹ ਹੀ ਦੋਸਤ ਅੱਗੇ ਜਾ ਕੇ ਚਾਰ ਜਣਿਆਂ ਨੂੰ ਮਿਲਦਾ ਇਦਾਂ ਹੀ ਕੋਰੋਨਾ ਜੋ ਪੋਜ਼ਿਟਿਵ ਕੇਸ ਵੱਧਦੇ ਜਾ ਰਹੇ ਨੇ ਜਲੰਧਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਟਿਕ ਜਾਣ ਕਰੋ ਬਾਹਰ ਨਾ ਨਿਕਲਣ ਨਹੀਂ ਤਾਂ ਇਹ ਕੋਰੋਨਾ ਵਾਇਰਸ ਜਲੰਧਰ ਦੇ ਵਿੱਚ ਹੋਰ ਵੀ ਪੋਜ਼ਿਟਿਵ ਕੇਸ ਲੈ ਕੇ ਆਏਗਾ ਜਲੰਧਰ ਤੋਂ ਕੈਮਰਾਮੈਨ ਸਾਇਲ ਦੇ ਨਾਲ ਰਵੀ ਗਿਲਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟ